ਫਿਲਡਲਫੀਆ ਦੇ ਵਿੱਚ ਆਟਵਾ ਸੈਨੇਟਰਸ ਉੱਥੇ ਪਹੁੰਚੇ ਸੀ ਸਭ ਤੋਂ ਪਹਿਲਾਂ ਇੱਥੇ ਜਾਂ ਗੈਬਰੀਅਲ ਪਾਜੋ ਨੇ ਪਾਸ ਭੇਜਿਆ ਬ੍ਰੇਡੀ ਖਿਚਾਕ ਨੇ ਕਰ ਦਿੱਤਾ ਸਕੋਰ 1-1 ਤੇ ਬਰਾਬਰ ਹਾਂਜੀ ਦੋਨੇ ਟਾਪ ਦੇ ਖਿਡਾਰੀ ਮੰਨੇ ਜਾਂਦੇ ਇਸ ਟੀਮ ਦੇ ਤੇ ਕਰਤਾ ਸਕੋਰ ਬਰਾਬਰ ਜੀ ਇੱਥੇ ਲਿੰਡ ਬਲਾਮ ਨੇ ਪੱਕ ਭੇਜੀ ਨੈੱਟ ਵੱਲ ਐਂਡਰਸਨ ਤੋਂ ਰੋਕਣਾ ਹੋਈ ਤੇ ਉੱਥੇ ਐਂਡਰਸਨ ਨੂੰ ਲੱਗੀ ਸੱਟ ਤੇ ਵਾਪਸ ਆ ਨਹੀਂ ਸਕਿਆ ਗੇਮ ਦੇ ਵਿੱਚ ਤੇ ਇਹ ਗੋਲ ਮਨਜ਼ੂਰ ਵੀ ਨਹੀਂ ਹੋਇਆ ਪਹਿਲਾਂ ਤਾਂ ਸੱਟ ਦੇਖੋ ਇੱਥੇ ਐਂਡਰਸਨ ਦੀ ਸੱਟ ਲੱਗੀ ਤੇ ਅਜੀਬ ਜੇ ਢੰਗ ਨਾਲ ਪੱਕ ਗਈ ਨੈੱਟ ਚੋਂ ਐਂਡਰਸਨ ਵਿਚਾਰਾ ਤਕਲੀਫ ਦੇ ਵਿੱਚ ਗਿਆ ਬਾਹਰ ਇੱਥੇ ਗੁਰਪ੍ਰੀਤ ਜੀ ਰਿਵਿਊ ਕੀਤਾ ਗਿਆ ਹਾਂਜੀ ਤੇ ਇਹ ਗੋਲ ਨਹੀਂ ਮੰਨਿਆ ਆਫ ਸਾਈਡ ਸੱਦੀ ਗਈ ਇੱਥੇ ਸੋ ਤਾਂ ਕਰਕੇ 2-1 ਦਾ ਸਕੋਰ ਸੀਗਾ ਇੱਥੇ ਬੋਰ ਵੀ ਐਚਕੀ ਨੇ ਧੱਕਾ ਬਹੁਤ ਜ਼ਬਰਦਸਤ ਮਾਰਿਆ ਕਨੈਕਨੀ ਤੇ ਐਨ ਹਲਾ ਦਿੱਤਾ ਕਨੈਕਨੀ ਨੂੰ ਕਾਫੀ ਧੱਕੇ ਹੋਏ ਇਸ ਮੈਚ ਦੇ ਵਿੱਚ ਉਹ ਦੇਖਣ ਨੂੰ ਹਲੇ ਮਿਲੂਗੇ ਆ ਲੋ ਜੀ ਹਰਨੈਨ ਸਿੰਘ ਆ ਇੱਕ ਧੱਕਾ ਤੇ ਫਿਰ ਫੈਜੋ ਨੇ ਫੇਰ ਵੀ ਨੂੰ ਇੱਥੇ ਕਟਾਪਾ ਚਾੜਿਆ ਇਹ ਤਾਂ ਲੱਗਦੀ ਜਿੱਦਾਂ 80 ਦੇ ਦਹਾਕੇ ਵਾਲੀ ਗੇਮ ਚੱਲ ਰਹੀ ਹੈ ਖਾਸ ਕਰਕੇ ਫਿਲਡੈਲਫੀਆ ਫਲਾਇਰਸ ਉਦੋਂ ਬਹੁਤ ਜ਼ਿਆਦਾ ਲੜਦੇ ਹੁੰਦੇ ਸੀ ਆ ਵੀ ਦੇਖੋ ਕਸੋਨ ਵੋਰਚੈਕ ਲੜਦਾ ਉਹ ਵੀ ਇਹ ਕਿੱਦਾਂ ਹਾਂ ਬਈ ਤੇ ਇੱਥੇ ਨਿਕ ਪਾਲ ਦੇ ਨਾਲ ਪੂਰੇ ਸ਼ਰਿਆਮ ਲੜ ਰਹੇ ਸੀ ਹਜੇ ਇਹ ਸਾਰਾ ਪਹਿਲੇ ਪੀਰੀਅਡ ਦੇ ਵਿੱਚ ਹੀ ਹੋਇਆ ਦੂਜੇ ਪੀਰੀਅਡ ਦੇ ਵਿੱਚ ਜਾਂਦੇ ਆ ਤੇ ਫੈਜੋ ਨੂੰ ਧੱਕਾ ਮਾਰਿਆ ਗਿਆ ਲੌਟਨ ਤੋਂ ਫੈਜੋ ਵੀ ਆਰਾਮ ਨਾਲ ਸਕੇਟਿੰਗ ਕਰਦਾ ਮਿੱਤਰਾ ਧਿਆਨ ਰੱਖੀ ਇੱਥੇ ਆਈ ਇੱਕ ਟ੍ਰੇਨ ਜੀ ਤੇ ਇੱਥੇ ਲੜ ਰਹੇ ਸੀ ਫੇਰ ਵੀ ਤੇ ਫੈਜੋ ਫੈਜੋ ਵੀ ਅੱਗੇ ਲੜਦਾ ਨਹੀਂ ਹੁੰਦਾ ਜਾਣੇ ਤੀਜੇ ਪੀਰੀਅਡ ਦੇ ਵਿੱਚ ਕਮਾਲ ਦੀ ਗੱਲ ਇੱਥੇ ਕਪਤਾਨ ਕਲੋਜਰੂ ਨੇ ਪਾਣੀ ਛਿੜਕਿਆ ਬ੍ਰੇਡੀ ਖਿਚਾਕ ਚਿੰਜੜੀ ਛੇੜੀ ਜਾਂਦੇ ਇੱਕ ਦੂਸਰੇ ਦੀ ਦੇਖ ਲਓ ਕਪਤਾਨ ਉਹ ਵੀ ਕਹਿੰਦਾ ਆ ਜਾ ਤੂੰ ਵੀ ਬ੍ਰੇਡੀ ਤਾਂ ਹੱਸ ਰਿਹਾ ਸੀਗਾ ਉਸ ਤੋਂ ਬਾਅਦ ਤੁਸੀਂ ਦੇਖ ਲਓ ਸ਼ਬੋ ਨੇ ਲੱਭਿਆ ਸ਼ਬਾਟ ਨੇ ਮਾਫ ਕਰਨਾ ਲੱਭਿਆ ਐਂਥਨੀ ਡੂਕਲੇਅਰ ਉਹਦਾ ਦੂਜਾ ਗੋਲ ਗੇਮ ਦਾ ਡੂਕਲੇਅਰ ਫੱਟੇ ਚੱਕੀ ਜਾਂਦਾ ਆਇਆ ਸਲੋਟ ਦੇ ਵਿੱਚ ਤੇ ਟੰਗ ਦਿੱਤੀ ਪੱਕ ਮੁੰਡੇ ਨੇ ਮੁਕਾਬਲਾ 3-3 ਤੇ ਬਰਾਬਰ ਸੀ ਪਰ ਇੱਥੇ ਦੇਖ ਲਓ ਕਿਵੇਂ ਗੋਲ ਬਣਾਇਆ ਲੌਟਨ ਨੇ 4-3 ਦਾ ਸਕੋਰ ਕਰ ਦਿੱਤਾ ਮੋਟਾ ਰੀਬਾਊਂਡ ਛੱਡਿਆ ਇੱਥੇ ਆਂਡਰਸ ਨਿਊਸਨ ਨੇ ਤੇ ਕੋਈ ਗਲਤੀ ਨਹੀਂ ਕੀਤੀ ਲੌਟਨ ਨੇ ਕਰ ਗਿਆ ਜੀ ਗੋਲ ਕਰ ਗਿਆ ਤੇ ਮਾਯੂਸ ਸੀਗੇ ਸੈਨੇਟਰਸ ਲੌਟਨ ਜਾਂਦਾ ਜਾਂਦਾ ਬੈਂਚ ਵੱਲ ਕਈ ਕੁਝ ਸੁਣਾ ਗਿਆ ਤੇ ਉਸ ਤੋਂ ਬਾਅਦ ਬ੍ਰੇਡੀ ਖਿਚਾਕ ਨੇ ਫਿਰ ਲੌਟਨ ਤੇ ਆਪਣਾ ਗੁੱਸਾ ਜਿਹੜਾ ਉਬਲ ਗਿਆ ਉਹਨੂੰ ਕ੍ਰਾਸ ਚੈੱਕ ਮਾਰ ਕੇ ਉਹਦੇ ਉੱਤੇ ਹੀ ਉੱਥੇ ਐਨ ਲੜਾਈ ਕਰਨ ਲੱਗ ਗਿਆ ਲੰਮਾ ਪੈ ਗਿਆ ਉੱਥੇ ਬ੍ਰੇਡੀ ਖਿਚਾਕ ਤੇ ਇੱਥੇ ਹੱਥੋਂ ਪਾਈ ਕਾਫੀ ਹੋਈ